ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ 사ਤ ਸੰਗਤ ਪੁਰਾਣੇ ਵੇਲਿਆਂ ਦੀ ਗੱਲ ਹੈ ਬਗਦਾਦ ਦੇਸ਼ ਦੇ ਵਿੱਚ ਇੱਕ ਬਹੁਤ ਵੱਡਾ ਵਪਾਰੀ ਰਹਿੰਦਾ ਸੀ ਇਸ ਵਪਾਰੀ ਦਾ ਬਦਾਮਾਂ ਦਾ ਅਖਰੋਟਾਂ ਦਾ ਕਾਰੋਬਾਰ ਸੀ ਹੋਰ ਵੀ ਕਈ ਕਿਸਮ ਦੀਆਂ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦਾ ਉਦੋਂ ਮਹਿੰਗੀਆਂ ਹੁੰਦੀਆਂ ਸਨ ਇਹ ਉਹ ਵੇਚਿਆ ਕਰਦਾ ਸੀ ਇਸ ਵਪਾਰੀ ਦਾ ਨਾਮ ਅਲ ਖਵਾਜਾ ਸੀ ਵਪਾਰੀ ਬਹੁਤ ਵਧੀਆ ਤਰੀਕੇ ਦੇ ਨਾਲ ਕੰਮਕਾਰ ਕਰਦਾ ਕਦੇ ਵੀ ਕਿਸੇ ਨਾਲ ਠੱਗੀ ਨਹੀਂ ਸੀ ਮਾਰਦਾ ਵਪਾਰੀ ਦੇ ਪਿਤਾ ਨੇ ਇਹਨੂੰ ਇੱਕ ਗੱਲ ਸਿਖਾਈ ਸੀ ਕਿ ਪੁੱਤਰਾ ਕਦੇ ਕਿਸੇ ਨੂੰ ਵੱਧ ਭਵੇਂ ਤੋਲਿਆ ਜਾਵੇ ਪਰ ਗਲਤੀ ਨਾਲ ਵੀ ਘੱਟ ਨਹੀਂ ਤੋਲਣਾ ਜੇ ਕਿਸੇ ਦਾ ਹੱਕ ਤੂੰ ਬਿਲਕੁਲ ਥੋੜਾ ਜਿਹਾ ਮਾਰੇਗਾ ਤਾਂ ਉਹ 10 ਗੁਣਾ ਜਾਂ 100 ਗੁਣਾ ਹੋ ਕੇ ਨਿਕਲ ਸਕਦਾ ਹੈ ਇਹ ਗੱਲ ਅਲਖਵਾਜਾ ਨੇ ਪੱਲੇ ਬੰਨੀ ਹੋਈ ਸੀ ਇਸ ਦਾ ਬਦਾਮਾਂ ਦਾ ਅਖਰੂਟਾਂ ਦਾ ਕਾਰੋਬਾਰ ਆਏ ਦਿਨ ਵਧਦਾ ਜਾਂਦਾ ਸੀ ਉਹਦਾ ਕਾਰਨ ਇਹ ਹੀ ਸੀ ਕਿ ਇਹ ਕਦੇ ਕਿਸੇ ਦੇ ਨਾਲ ਮਾੜਾ ਨਹੀਂ ਸੀ ਕਰਦਾ ਕਦੇ ਵੀ ਕੋਈ ਲੋੜਵੰਦ ਆਉਂਦਾ ਉਸ ਨੂੰ ਦਰਵਾਜ਼ਿਆਂ ਖਾਲੀ ਨਹੀਂ ਸੀ ਮੋੜਦਾ ਜਦੋਂ ਇਹਦੇ ਕੋਲੋਂ ਕਿਸੇ ਨੇ ਸਮਾਨ ਲੈਣ ਆਉਣਾ ਤਾਂ ਉਹ ਖੁਸ਼ ਹੋ ਕੇ ਜਾਂਦਾ ਸੀ ਕਿ ਇਹਨੇ ਕਦੇ ਵੀ ਨਿੱਕੀ ਨਿੱਕੀ ਗੱਲ ਨਹੀਂ ਕੀਤੀ ਨਿੱਕੀ ਗਿੱ ਨਿੱਕੀ ਗੱਲ ਪਿੱਛੇ ਦੂਜੇ ਦੁਕਾਨਦਾਰਾਂ ਵਾਂਗੂ ਇਹ ਮਰਦਾ ਨਹੀਂ ਰਹਿੰਦਾ ਇਹ ਬੜੇ ਖੁੱਲੇ ਸੁਭਾਅ ਦਾ ਚੰਗੇ ਦਿਲ ਦਾ ਹੈ ਇੱਕ ਦਿਨ ਅਲ ਖਵਾਜਾ ਰਾਤ ਵੇਲੇ ਆਪਣੀ ਦੁਕਾਨ ਬੰਦ ਕਰਕੇ ਜਦ ਕਰ ਜਾ ਕੇ ਸੁੱਤਾ ਆਪਣੇ ਬੱਚਿਆਂ ਨਾਲ ਆਪਣੀ ਘਰਵਾਲੀ ਨਾਲ ਪ੍ਰੇਮ ਪਿਆਰ ਨਾਲ ਮਿਲਿਆ ਰਾਤ ਨੂੰ ਜਦੋਂ ਸੁੱਤਾ ਬਹੁਤ ਪਿਆਰੀ ਨੀਂਦ ਆਈ ਉਸ ਨੂੰ ਜਦੋਂ ਸੌਂ ਰਿਹਾ ਸੀ ਇਹਦੇ ਸੁਪਨੇ ਦੇ ਵਿੱਚ ਇੱਕ ਬੁੱਢਾ ਫਕੀਰ ਆਇਆ ਉਸ ਬਜ਼ੁਰਗ ਫਕੀਰ ਨੇ ਇਸ ਨੂੰ ਕਿਹਾ ਕਿ ਹੁਣ ਤੋਂ ਆਪਣਾ ਹਿਸਾਬ ਕਿਤਾਬ ਦੇਖ ਲੈ ਕਹਿੰਦਾ ਕਿ ਮੈਂ ਆਪਣਾ ਕੀ ਹਿਸਾਬ ਕਿਤਾਬ ਦੇਖਾਂ ਉਹ ਕਹਿੰਦਾ ਤੂੰ ਤਨ ਬੜਾ ਕਮਾ ਲਿਆ ਬਹੁਤ ਕੁਝ ਤੂੰ ਕਰ ਰਿਹਾ ਹੈ ਪਰ ਤੂੰ ਪ੍ਰਮਾਤਮਾ ਦਾ ਨਾਮ ਲੈਣਾ ਭੁੱਲਤਾ ਨਹੀਂ ਰਿਹਾ ਹੁਣ ਤੂੰ ਪ੍ਰਮਾਤਮਾ ਵਾਲੇ ਪਾਸੇ ਵੀ ਧਿਆਨ ਕਰ ਅਗਲੇ ਦਿਨ ਇਹ ਵਪਾਰੀ ਜਦੋਂ ਉੱਠਿਆ ਇਸਨੇ ਕਿਸੇ ਨਾਲ ਕੋਈ ਗੱਲ ਨਹੀਂ ਸਾਂਝੀ ਕੀਤੀ ਕਿ ਮੈਨੂੰ ਕੀ ਸੁਪਨਾ ਆਇਆ ਜਾਂ ਕੀ ਨਹੀਂ ਇਸਨੇ ਬੱਚਿਆਂ ਨੂੰ ਇਹ ਕਿਹਾ ਕਿ ਮੈਨੂੰ ਇਹ ਲੱਗਦਾ ਕਿ ਹੁਣ ਮੇਰੇ ਲਈ ਧਾਰਮਿਕ ਥਾਵਾਂ ਤੇ ਜਾਣ ਦਾ ਸਮਾਂ ਆਇਆ ਹੈ ਘਰ ਵਾਲੀ ਨੂੰ ਵੀ ਇਸਨੇ ਕੁਝ ਨਹੀਂ ਦੱਸਿਆ ਸੁਪਨੇ ਦੇ ਬਾਰੇ ਬਸ ਇਹ ਕਿਹਾ ਕਿ ਹੁਣ ਮੈਂ ਕੁਝ ਸਮਾਂ ਧਾਰਮਿਕ ਥਾਵਾਂ ਦੀ ਯਾਤਰਾ ਕਰਨੀ ਹੈ ਉੱਥੇ ਜਾ ਕੇ ਪਰਮਾਤਮਾ ਦੀ ਭਜਨ ਬੰਦਗੀ ਕਰਨੀ ਹੈ ਇਸ ਦੇ ਘਰ ਵਿੱਚ ਬਹੁਤ ਸਾਰਾ ਧਨ ਜੁੜਿਆ ਪਿਆ ਸੀ ਇਸ ਦੀ ਘਰਵਾਲੀ ਵੀ ਫਕਰ ਸੁਭਾਦੀ ਸੀ ਉਸ ਨੇ ਕਦੀ ਉਸ ਤੋਂ ਕਿਸੇ ਚੀਜ਼ ਦਾ ਲੇਖਾ ਜੋਖਾ ਨਹੀਂ ਸੀ ਮੰਗਿਆ ਉਸ ਨੂੰ ਸਿਰਫ ਇਹ ਨਾ ਹੁੰਦਾ ਸੀ ਕਿ ਜਿਹੜੀ ਸ਼ੈ ਮੈਂ ਇਸ ਤੋਂ ਮੰਗਾਵਾ ਉਹ ਘਰੇ ਪਹੁੰਚ ਜਾਵੇ ਉਹ ਵੀ ਪਰਮਾਤਮਾ ਦੇ ਰੰਗ ਵਿੱਚ ਡੁੱਬੀ ਹੋਈ ਸੀ ਉਸ ਨੂੰ ਵੀ ਕਿਸੇ ਨਾਲ ਕੋਈ ਹੋਰ ਕਿਸੇ ਕਿਸਮ ਦਾ ਲੈਣ ਦੇ ਨਹੀਂ ਸੀ ਇਸਨੇ ਜਦੋਂ ਦੇਖਿਆ ਕਿ ਮੈਂ ਕਿੱਥੇ ਕਿੱਥੇ ਜਾਣਾ ਹੈ ਕਿਹੜੇ ਕਿਹੜੇ ਧਰਮ ਸਥਾਨਾਂ ਤੇ ਜਾਣਾ ਹੈ ਤਾਂ ਇਸਨੇ ਦੇਖਿਆ ਕਿ ਮੈਨੂੰ ਕਾਫੀ ਜ਼ਿਆਦਾ ਸਮਾਂ ਲੱਗ ਜਾਣਾ ਹੈ ਘਰ ਦੇ ਵਿੱਚ ਮੇਰੇ ਬੱਚਿਆਂ ਦੇ ਸਹਾਰੇ ਜਾਂ ਘਰਵਾਲੀ ਦੇ ਸਹਾਰੇ ਇਹਨਾਂ ਧਨ ਰੱਖਣਾ ਸੁਰੱਖਿਅਤ ਨਹੀਂ ਇਸ ਕਰਕੇ ਕਿਉਂਕਿ ਉਹਨਾਂ ਦਾ ਤਾਂ ਧਿਆਨ ਬਿਲਕੁਲ ਇਹਨਾਂ ਪਾਸਿਆਂ ਵੱਲ ਹੈ ਹੀ ਨਹੀਂ ਉਹਨਾਂ ਨੂੰ ਧਨ ਦੇ ਨਾਲ ਪੈਸੇ ਦੇ ਨਾਲ ਕੋਈ ਲੈਣਦੇ ਨਹੀਂ ਇਸ ਲਈ ਇਹਨੇ ਕੀ ਕੀਤਾ ਕਿ ਇੱਕ ਵੱਡਾ ਸਾਰਾ ਜਾਰ ਲਿਆਂਦਾ ਇੱਕ ਵੱਡਾ ਸਾਰਾ ਮਰਦਮਾਨ ਲਿਆਂਦਾ ਉਸ ਮਰਦਮਾਨ ਦੇ ਵਿੱਚ ਤਲਿ ਤਲਿ ਇਨੇ ਉਹ ਕਮਾਇਆ ਹੋਇਆ ਧਨ ਸੋਨੇ ਦੇ ਸਿੱਕੇ ਸੋਨੇ ਦੀਆਂ ਮੋਹਰਾਂ ਪਾ ਦਿੱਤੇ ਤੇ ਉੱਤੇ ਚੰਗੀ ਤਰ੍ਹਾਂ ਬਾਕੀ ਦੇ ਅਖਰੋਟ ਪਾ ਦਿੱਤੇ ਅਖਰੋਟਾਂ ਦੇ ਨਾਲ ਉੱਤੋਂ ਤੱਕ ਪਰ ਕੇ ਇਸਨੇ ਉਸ ਦੇ ਬਹੁਤ ਵਧੀਆ ਤਰੀਕੇ ਦੇ ਨਾਲ ਉਸ ਮਰਦਬਾਨ ਦਾ ਉਸ ਜਾਰ ਦਾ ਇੱਕ ਟੱਕਣ ਲਾ ਦਿੱਤਾ ਟੱਕਣ ਲਾਉਣ ਤੋਂ ਬਾਅਦ ਇਹ ਆਪਣੇ ਇੱਕ ਬਹੁਤ ਹੀ ਪਿਆਰੇ ਮਿੱਤਰ ਹਸ਼ਮ ਦੇ ਘਰੇ ਗਿਆ ਹਸ਼ਮ ਨੂੰ ਜਾ ਕੇ ਕਿਹਾ ਕਿ ਮਿੱਤਰ ਮੈਨੂੰ ਤੇਰੀ ਥੋੜੀ ਜਿਹੀ ਮਦਦ ਦੀ ਲੋੜ ਹੈ ਮੈਂ ਧਾਰਮਿਕ ਸਥਾਨਾਂ ਦੀ ਯਾਤਰਾ ਤੇ ਜਾ ਰਿਹਾ ਹਾਂ ਉੱਥੇ ਲੰਮਾ ਸਮਾਂ ਲੱਗ ਸਕਦਾ ਹੈ ਤੇ ਇਹ ਵੀ ਸੰਭਵ ਹੈ ਕਿ ਮੇਰੇ بیوی ਬੱਚੇ ਉਹ ਆਪਣੇ ਨਾਨਕੇ ਜਾ ਕੇ ਮੇਰੇ ਸਹੁਰੇ ਪਰਿਵਾਰ ਦੇ ਕੋਲ ਰਹਿਣ ਕਿਉਂਕਿ ਮੇਰੇ ਬਿਨਾ ਰਹਿਣਾ ਉਹਨਾਂ ਦਾ ਸੌਖਾ ਨਹੀਂ ਇਸ ਕਰਕੇ ਮੈਂ ਕੁਝ ਅਖਰੂਟ ਸੰਭਾਲ ਕੇ ਰੱਖੇ ਹੋਏ ਸਨ ਇਹ ਮੇਰੇ ਇਹਨਾਂ ਅਖਰੂਟਾਂ ਦੇ ਨਾਲ ਮੇਰਾ ਬੜਾ ਗੂੜਾ ਸਨੇਹ ਹੈ ਪਿਆਰ ਹੈ ਬਾਕੀ ਦੇ ਕੰਮ ਮੇਰੇ ਉਹ ਮੇਰੇ ਮੁਲਾਜ਼ਮਾਂ ਸੰਭਾਲਦੇ ਰਹਿਣਗੇ ਪਰ ਮੇਰੇ ਇਹਨਾਂ ਪਿਆਰੇ ਅਖਰੂਟਾਂ ਦਾ ਇੱਕ ਮਰਦਮਾਨ ਮੈਂ ਅਮਾਨਤ ਦੇ ਤੌਰ ਤੇ ਤੇਰੇ ਘਰ ਰੱਖਣਾ ਚਾਹੁੰਨਾ ਹਾਂ ਮੈਨੂੰ ਕੁਝ ਮਹੀਨੇ ਲੱਗ ਸਕਦੇ ਨੇ ਤੇ ਕੁਝ ਸਾਲ ਵੀ ਲੱਗ ਸਕਦੇ ਨੇ ਇਸ ਕਰਕੇ ਜੇ ਮੈਂ ਘਰੇ ਰੱਖਦਾ ਹਾਂ ਤਾਂ ਇਹ ਨਾ ਹੋਵੇ ਕਿ ਘਰੇ ਕੋਈ ਇਸ ਨੂੰ ਲੈ ਜਾਵੇ ਜਾਂ ਇਹ ਖਾ ਜਾਵੇ ਤੇਰੇ ਤੇ ਮੈਨੂੰ ਪੂਰਾ ਭਰੋਸਾ ਹੈ ਤੂੰ ਇਹ ਭਰਿਆ ਹੋਇਆ ਮਰਦਮਾਨ ਅਖਰੋਟਾਂ ਦਾ ਆਪਣੇ ਘਰ ਮੇਰੀ ਅਮਾਨਤ ਦੇ ਤੌਰ ਤੇ ਸੰਭਾਲ ਕੇ ਰੱਖ ਲੈ ਜਦੋਂ ਮੈਂ ਧਾਰਮਿਕ ਸਥਾਨਾਂ ਦੀ ਯਾਤਰਾ ਤੋਂ ਵਾਪਸ ਪਰਤਾਂਗਾ ਤਾਂ ਮੈਨੂੰ ਤੂੰ ਇਹ ਵਾਪਸ ਕਰ ਦੇਵੀਂ ਹਸ਼ਨ ਕਹਿੰਦਾ ਬਹੁਤ ਵਧੀਆ ਮੈਨੂੰ ਕੋਈ ਇਤਰਾਜ਼ ਨਹੀਂ ਆਪਣੀ ਇਮਾਨਤ ਤੂੰ ਬੇਚਿੰਤ ਹੋ ਕੇ ਮੇਰੇ ਘਰ ਰੱਖ ਦੇ ਆਪਣੀ ਇਮਾਨਤ ਦਾ ਉਹ ਮਰਦਮਾਨ ਭਰਿਆ ਹੋਇਆ ਹਸ਼ਨ ਨੂੰ ਦੇਖ ਕੇ ਇਹ ਵਪਾਰੀ ਧਾਰਮਿਕ ਸਥਾਨਾਂ ਦੀ ਯਾਤਰਾ ਤੇ ਨਿਕਲ ਗਿਆ ਉੱਥੇ ਜਾ ਕੇ ਇੱਕ ਸਥਾਨ ਤੋਂ ਅਗਲੇ ਸਥਾਨ ਜਾਂਦਾ ਅਗਲੇ ਤੋਂ ਅਗਲੇ ਇਸੇ ਤਰੀਕੇ ਨਾਲ ਲੰਮਾ ਸਮਾਂ ਉੱਥੇ ਰਿਹਾ ਤਕਰੀਬਨ 6 ਸਾਲ ਬੀਤ ਗਏ ਇਸ ਦੀ ਕੋਈ ਖਬਰ ਨਹੀਂ ਆਈ ਇਸ ਦੇ ਬੱਚੇ ਇਸ ਦੀ ਘਰ ਵਾਲੀ ਸਭ ਚਿੰਤਤ ਸਨ ਕਿੱਥੇ ਗਿਆ ਕਿਉਂ ਨਹੀਂ ਪਰਤਿਆ ਇਹਨਾਂ ਤੋਂ ਨੇ ਸਾਨੂੰ ਦੱਸਿਆ ਹੀ ਨਹੀਂ ਸੀ ਵਪਾਰੀ ਦੀ ਘਰਵਾਲੀ ਨੂੰ ਇਸ ਤਰ੍ਹਾਂ ਲੱਗਣ ਲੱਗਾ ਕਿ ਹੁਣ ਮੈਨੂੰ ਪੱਕੇ ਤੌਰ ਤੇ ਆਪਣੇ ਮਾਪਿਓ ਦੇ ਘਰ ਰਹਿਣਾ ਪਵੇਗਾ ਕਿਉਂਕਿ ਮੇਰੇ ਸਰ ਦੇ ਸਾਈਂ ਦਾ ਤਾਂ ਪਤਾ ਹੀ ਨਹੀਂ ਤੇ ਉਹਨੇ ਪਰਤਣਾ ਹੁੰਦਾ ਤਾਂ ਇੱਕ ਸਾਲ ਤੱਕ ਪਰਤ ਲੈਂਦਾ ਐਸੀ ਕੀ ਕੀ ਪਤਾ ਕਿਹੜੀ ਯਾਤਰਾ ਤੇ ਉਹ ਨਿਕਲ ਗਿਆ ਜਿੱਥੋਂ ਵਾਪਸ ਹੀ ਨਹੀਂ ਪਰਤਿਆ ਉਹਦੇ ਬਾਰੇ ਚੰਗੇ ਵਿਚਾਰ ਵੀ ਆਉਣੇ ਕਦੇ ਕਦੇ ਮਾੜੇ ਵੀ ਆਉਣੇ ਕਦੇ ਕਦੇ ਲੱਗਣਾ ਕਿ ਕਿਸੇ ਹੋਰ ਦੇਸ਼ ਜਾ ਕੇ ਉਸਨੇ ਵਪਾਰ ਸ਼ੁਰੂ ਕਰ ਲਿਆ ਹੋਵੇਗਾ ਉੱਥੇ ਉਸਨੇ ਹੋਰ ਵਿਆਹ ਕਰਵਾ ਲਿਆ ਹੋਵੇਗਾ ਉਹ ਤੇ ਉਸ ਦੇ ਹੋਰ 20-20 ਬੱਚੇ ਹੋਣਗੇ ਸੋ ਹੁਣ ਉਹਨੂੰ ਸਾਡਾ ਖਿਆਲ ਕਿਤੇ ਸੋ ਇਹ ਇੱਕ ਤਰੀਕੇ ਨਾਲ ਉਹਨੂੰ ਵਿਸਾਰ ਚੁੱਕੇ ਸਨ ਇਸੇ ਤਰੀਕੇ ਦੇ ਖਿਆਲ ਹੁਣ ਹਸ਼ਨ ਦੇ ਮਨ ਵਿੱਚ ਵੀ ਆਉਣ ਲੱਗੇ ਉਸ ਨੂੰ ਵੀ ਲੱਗਦਾ ਕਿ ਉਹ ਪਤਾ ਨਹੀਂ ਕਿੱਥੇ ਚਲਾ ਗਿਆ ਮੇਰਾ ਵਧੀਆ ਯਾਰ ਦੋਸਤ ਸੀ ਬਹਿੰਦਾ ਸੀ ਉੱਠਦਾ ਸੀ ਬੜੀ ਵਧੀਆ ਭਰਾਪੇ ਦੀ ਬੜੀ ਵਧੀਆ ਸਾਂਝ ਸੀ ਪਿਆਲੀ ਸੀ ਦੁੱਖ ਸੁੱਖ ਕਰਦੇ ਸਾਂ ਪਰ ਪਤਾ ਨਹੀਂ ਕਿਉਂ ਨਹੀਂ ਵਰਤਿਆ ਇੱਕ ਦਿਨ ਰਾਤ ਦਾ ਵੇਲਾ ਸੀ ਇਹਾਸ਼ਨ ਦੇ ਘਰ ਵਿੱਚ ਕਾਫੀ ਸਾਰੇ ਮਹਿਮਾਨ ਆ ਗਏ। ਇਸ ਦੀ ਘਰਵਾਲੀ ਨੇ ਕੁਝ ਬਣਾਉਣਾ ਸੀ। ਉਹਦੇ ਵਿੱਚ ਕੁਝ ਬਦਾਮ ਤੇ ਕੁਝ ਅਖਰੋਟ ਪਾਉਣੇ ਸਨ। ਪਰ ਵੇਲਾ ਉਹ ਦੁ ਰਾਤ ਦਾ ਸੀ। ਰਾਤ ਦੇ ਵੇਲੇ ਅਜਿਹਾ ਸਮਾਨ ਕਿਸੇ ਹੋਰ ਪਾਸੇੋਂ ਨਹੀਂ ਸੀ ਮਿਲਣਾ ਤੇ ਘਰ ਵਿੱਚ ਉਹਨਾਂ ਦੇ ਬਹੁਤ ਥੋੜਾ ਸੀ। ਇਸ ਦੀ ਘਰਵਾਲੀ ਨੇ ਹਸ਼ਨ ਨੂੰ ਕਿਹਾ ਕਿ ਇਸ ਤਰ੍ਹਾਂ ਕਰੋ ਤੁਹਾਡੇ ਦੋਸਤ ਦੀ ਇਮਾਨਤ ਵਾਲਾ ਜਿਹੜਾ ਸਮਾਨ ਹੈ ਉਹ ਕੱਢ ਕੇ ਆਪਾਂ ਅੱਜ ਆਪਣੇ ਪਕਵਾਨ ਵਿੱਚ ਪਾ ਲੈਨੇ ਹਾਂ। ਸਵੇਰ ਦੁਕਾਨਾਂ ਖੁੱਲਣਗੀਆਂ। ਉਤੋ ਜਾ ਕੇ ਲੈ ਆਵਾਂਗੇ ਹਸ਼ਨ ਨੇ ਮਨਾਂ ਕੀਤਾ ਕਿ ਨਹੀਂ ਮੇਰੇ ਦੋਸਤ ਦੀ ਈਮਾਨਤ ਹੈ ਕੋਈ ਗੱਲ ਨਹੀਂ ਮਹਿਮਾਨਾਂ ਨੂੰ ਆਪਾਂ ਕਹਿ ਦਿੰਨੇ ਹਾਂ ਉਹਨਾਂ ਨੇ ਕਿਹੜਾ ਨਰਾਸ਼ ਹੋਣਾ ਹੈ ਨਰਾਜ ਹੋ ਵੀ ਜਾਣਗੇ ਤਾਂ ਕੋਈ ਗੱਲ ਨਹੀਂ ਮੇਰੇ ਦੋਸਤ ਦੀ ਈਮਾਨਤ ਦੇ ਨਾਲ ਮੈਂ ਕਿਸੇ ਤਰੀਕੇ ਦਾ ਕੋਈ ਖਲਵਾੜ ਨਹੀਂ ਕਰਨਾ ਚਾਹੁੰਦਾ ਮੈਂ ਨਹੀਂ ਚਾਹੁੰਦਾ ਕਿ ਕੱਲ ਨੂੰ ਆ ਕੇ ਉਹ ਮੈਨੂੰ ਕਹੇ ਕਿ ਭਾਈ ਮੇਰੇ ਮਰਦਮਾਨ ਦਾ ਤੂੰ ਟੱਕਣ ਕਿ ਹੋ ਲਿਆ ਉਹ ਕਹਿੰਦੀ ਨਹੀਂ ਕਈ ਵਾਰੀ ਸਾਨੂੰ ਮੌਕੇ ਦੀ ਨਿਜਾਕਤ ਸਮਝਣ ਦੀ ਜ਼ਰੂਰਤ ਹੁੰਦੀ ਹੈ ਤੁਸੀਂ ਬਿਨਾਂ ਵਜ੍ਹਾ ਜਿੱਦ ਕਰ ਰਹੇ ਹੋ ਮੇਰੇ ਕੜਾ ਕੋਈ ਚੋਰੀ ਕਰਨ ਦੀ ਗੱਲ ਕੀਤੀ ਹੈ ਆਪਾਂ ਜਿੰਨਾ ਸਮਾਨ ਲਵਾਂਗੇ ਉਹਨਾਂ ਆਪਾਂ ਵਾਪਿਸ ਰੱਖ ਦਿਆਂਗੇ ਉਹ ਕਹਿੰਦਾ ਠੀਕ ਹੈ ਉਸਨੇ ਕੀ ਕੀਤਾ ਕਿ ਇੱਕ ਵੱਡੀ ਸਾਲੀ ਥਾਲੀ ਲੈ ਲਈ ਥਾਲੀ ਦੇ ਵਿੱਚ ਉਹ ਮਰਦਮਾਨ ਨੂੰ ਬਿਲਕੁਲ ਉਲਟਾ ਕਰ ਦਿੱਤਾ ਮੋਢਾ ਕਰ ਦਿੱਤਾ ਹੈਰਾਨ ਰਹਿ ਗਿਆ ਜਦੋਂ ਇਹਨਾਂ ਦੋਵਾਂ ਮੀਆਂ ਬੀਵੀ ਨੇ ਦੇਖਿਆ ਕਿ ਅਖਰੂਟ ਬਦਾਮ ਤਾਂ ਥੋੜੇ ਜਿਹਾ ਹੀ ਨਿਕਲੇ ਨੇ ਹੀਠਾਂ ਤੋਂ ਤਾਂ ਬਹੁਤ ਸਾਰੀਆਂ ਸੋਨੇ ਦੀਆਂ ਮੋਹਰਾਂ ਨਿਕਲੀਆਂ ਨੇ ਇਹ ਮੋਹਰਾਂ ਦੀ ਬਾਜ਼ਾਰ ਦੇ ਵਿੱਚ ਕੀਮਤ ਵੀ ਬਹੁਤ ਜ਼ਿਆਦੀ ਹੋਏਗੀ ਸੋਨੇ ਚਾਂਦੀ ਦੇ ਸਿੱਕੇ ਦੇਖ ਕੇ ਮੋਹਰਾਂ ਦੇਖ ਕੇ ਇਹਨਾਂ ਦੋਹਾਂ ਦਾ ਈਮਾਨ ਡੋਲ ਗਿਆ ਪਰ ਹਸ਼ਮ ਕਹਿਣ ਲੱਗਾ ਕਿ ਨਹੀਂ ਮੈਂ ਸਮਝ ਗਿਆ ਇਹ ਹੀ ਅਸਲੀ ਈਮਾਨ ਤੇ ਜਿਹੜੀ ਉਹ ਮੇਰੇ ਕੋਲੇ ਰੱਖ ਕੇ ਗਿਆ ਘਰਵਾਲੀ ਨੇ ਕਿਹਾ ਕਿ ਤੂੰ ਤਾਂ ਪੋਲਾ ਹੈ ਤੂੰ ਤਾਂ ਕਮਲਾ ਹੈ ਉਹ ਤੈਨੂੰ ਪੱਕੇ ਤੌਰ ਤੇ ਰੱਖਣ ਲਈ ਦੇ ਕੇ ਗਿਆ ਹੈ ਜੇ ਮੁੜਨਾ ਹੁੰਦਾ ਤਾਂ ਹੁਣ ਤੱਕ ਪਰਤ ਚੁੱਕਿਆ ਹੁੰਦਾ ਇਹ ਤਾਂ ਤੈਨੂੰ ਪ੍ਰਮਾਤਮਾ ਨੇ ਆਪ ਅਮੀਰ ਕੀਤਾ ਖੁਦ ਅੱਗੇ ਆ ਕੇ ਤੇਰੀ ਕਿਸਮਤ ਨੇ ਦਰਵਾਜ਼ਾ ਖੋਲ੍ਹਿਆ ਤੂੰ ਇਸ ਤਰ੍ਹਾਂ ਕਰ ਇਹ ਰੱਖ ਲੈ ਸੰਭਾਲ ਕੇ ਪਹਿਲੀ ਗੱਲ ਤਾਂ ਉਹ ਮੁੜਦਾ ਨਹੀਂ ਜੇ ਮੁੜਿਆ ਤਾਂ ਉਸ ਨੂੰ ਕੱਲੇ ਅਖਰੋਟ ਬਦਾਮਾਂ ਵਾਲਾ ਜਿਹੜਾ ਮਰਦਮਾਨ ਹੈ ਉਹ ਪਰ ਕੇ ਵਾਪਸ ਰੱਖ ਦੇਵੀਂ ਦੋਵੇਂ ਗੱਲਾਂ-ਗੱਲਾਂ ਦੇ ਵਿੱਚ ਬਾਕੀ ਸਾਰਾ ਕੁਝ ਭੁੱਲ ਗਏ ਪਕਵਾਨ ਦੇ ਵਿੱਚ ਕੀ ਪਾਉਣਾ ਸੀ ਕੀ ਨਹੀਂ ਸੀ ਪਾਉਣਾ ਉਹ ਉਸੇ ਤਰੀਕੇ ਨਾਲ ਰਹਿ ਗਿਆ ਇਹ ਜਿਹੜਾ ਮਰਦਮਾਨ ਸੀ ਇਹਦੇ ਵਿੱਚ ਕੱਢੇ ਹੋਏ ਬਦਾਮ ਅਖਰੋਟ ਵਾਪਸ ਭਰ ਦਿੱਤੇ ਇਹਦੇ ਵਿੱਚੋਂ ਸਿੱਕੇ ਕੱਢ ਕੇ ਉਹਨਾਂ ਨੇ ਲਕੋ ਕੇ ਰੱਖ ਲੈ ਇਸ ਘਟਨਾ ਦੇ ਮਗਰੋਂ ਦੋ ਕੁ ਮਹੀਨੇ ਹੀ ਬੀਤੇ ਸਨ ਕਿ ਉਹ ਵਪਾਰੀ ਵਾਪਸ ਪਰਤ ਆਇਆ ਜਿਸ ਦਾ ਨਾਮ ﺍﻟख्वाजा ਸੀ ਵਾਪਸ ਪਰਤ ਕੇ ਆਪਣੇ بیوی ਬੱਚਿਆਂ ਨੂੰ ਮਿਲਿਆ ਉਹ ਬਹੁਤ ਖੁਸ਼ ਹੋਏ ਉਹਨਾਂ ਨੂੰ ਆਪਣੇ ਘਰ ਵਾਪਸ ਲੈ ਆਇਆ ਘਰ ਦੇ ਵਿੱਚ ਜੋ ਕੁਝ ਵਿਗੜਿਆ ਸੀ ਜਿਸ ਚੀਜ਼ ਦੀ ਮਰਮਮਤ ਸੀ ਉਹਦੇ ਲਈ ਮਿਸਤਰੀ ਲਗਵਾ ਦਿੱਤੇ ਆਪਣੀ ਦੁਕਾਨ ਤੇ ਜਾ ਕੇ ਉੱਥੋਂ ਹਿਸਾਬ ਕਿਤਾਬ ਲਿਆ ਉੱਥੋਂ ਦਾ ਮੁਨਾਫਾ ਆਪਣੀ ਜੇਬ ਪਾਇਆ بیوی ਬੱਚਿਆਂ ਨੂੰ ਸੋਹਣੇ ਸੋਹਣੇ ਤੋਹਫ਼ੇ ਲਿਆ ਕੇ ਦਿੱਤੇ ਬਹੁਤ ਤਰੀਕੇ ਨਾਲ ਜਿਵੇਂ ਘਰ ਵਿੱਚ ਇੱਕ ਤਿਉਹਾਰ ਹੋਵੇ ਇਸ ਤਰੀਕੇ ਨਾਲ ਘਰ ਦੇ ਵਿੱਚ ਜਸ਼ਨ ਮਨਾਇਆ ਗਿਆ। ਇਸਨੇ ਆਪਣੇ ਮਿੱਤਰ ਹਸ਼ਨ ਨੂੰ ਵੀ ਬੁਲਾਇਆ। ਉਹ ਵੀ ਇਹਦੇ ਘਰ ਵਿੱਚ ਇਹਦੇ ਸੁੱਖਾਂ ਦੇ ਵਿੱਚ ਆ ਕੇ ਸ਼ਰੀਕ ਹੋਇਆ। ਪਰ ਕਿਤੇ ਨਾ ਕਿਤੇ ਉਹਨੂੰ ਅੰਦਰ ਖਾਤੇ ਇੱਕ ਚੀਜ਼ ਦਾ ਡਰ ਬਹੁਤ ਸੀ। ਘਰ ਵਾਲੀ ਨੂੰ ਕਹਿਣ ਲੱਗਿਆ ਆ ਇਨਾ ਸਿੱਕਿਆਂ ਦੇ ਵਿੱਚੋਂ ਇਨਾ ਮੋਹਰਾਂ ਦੇ ਵਿੱਚੋਂ ਆਪਾਂ ਕੁਝ ਵੀ ਨਹੀਂ ਵਰਤਿਆ। ਮੇਰਾ ਮਨ ਅਜੇ ਵੀ ਨਹੀਂ ਮੰਨਦਾ ਕਿ ਉਹਦੇ ਨਾਲ ਮੈਂ ਧੋਖਾ ਮੈਂ ਬੇਵਫਾਈ ਕਰਾਂ। ਉਹ ਕਹਿੰਦੀ ਨਹੀਂ ਤੁਸੀਂ ਕਮਲ ਹੋ। ਉਹ ਤੁਹਾਨੂੰ ਦੇਖ ਕੇ ਗਿਆ ਹੈ। ਹੁਣ ਤੱਕ ਜੇ ਉਹਨੇ ਲੈਣੇ ਹੁੰਦੇ ਤਾਂ ਪਹਿਲਾਂ ਇੱਧਰ ਨੂੰ ਹੀ ਆਉਣਾ ਸੀ। ਤੇ ਹੁਣ ਜੇ ਉਹ ਲੈਣ ਆ ਵੀ ਜਾਂਦਾ ਹੈ ਤਾਂ ਉਹਨੂੰ ਚੁੱਪਚਾਪ ਅਖਰੂਟਾਂ ਦਾ ਇਹ ਜਿਹੜਾ ਮਰਦਮਾਨ ਹੈ ਉਹ ਪਰਕੇ ਦੇ ਦਿਓ। ਇਹਨਾਂ ਨੇ ਘਰ ਵਿੱਚ ਅਖਰੂਟ ਬਦਾਮ ਲਿਆਂਦੇ ਹੋਏ ਸਨ। ਥੱਲੇ-ਥੱਲੇ ਆਪਣੇ ਲਿਆਂਦੇ ਹੋਏ ਪਾ ਦਿੱਤੇ ਤੇ ਉੱਪਰ ਜਿਹੜੀ ਇਹ ਆਮਾਨਤ ਦੇ ਤੌਰ ਤੇ ਦੇ ਕੇ ਗਿਆ ਸੀ ਉਹ ਪਾ ਕੇ ਉਸੇ ਤਰੀਕੇ ਨਾਲ ਮਰਦਮਾਨ ਦਾ ਟੱਕਣ ਲਾ ਕੇ ਇੱਕ ਚੰਗੀ ਜਗ੍ਹਾ ਤੇ ਰੱਖ ਦਿੱਤਾ ਜਿੱਥੇ ਇਹਨੂੰ ਹਿਫਾਜ਼ਤ ਦੇ ਨਾਲ ਰੱਖਿਆ ਜਾ ਸਕਦਾ ਸੀ। ਕੁਝ ਦਿਨ ਫਿਰ ਬੀਤੇ ਤੇ ਅਲਖਵਾਜਾ ਜਿਹੜਾ ਵਪਾਰੀ ਸੀ ਆਪਣੇ ਦੋਸਤ ਹਸ਼ਮ ਦੇ ਘਰ ਪਹੁੰਚਿਆ ਵਪਾਰੀ ਦੋਸਤ ਨੂੰ ਦੇਖ ਕੇ ਹਸ਼ਮ ਦੇ ਚਿਹਰੇ ਤੇ ਖੁਸ਼ੀ ਘਟ ਤੇ ਦੁੱਖ ਜ਼ਿਆਦਾ ਆ ਗਿਆ ਫਿਰ ਵੀ ਗਲੇ ਲਾ ਕੇ ਮਿਲੇ ਇੱਕ ਦੂਜੇ ਦੇ ਨਾਲ ਸਲਾਮ ਦਵਾ ਕੀਤੀ ਵਪਾਰੀ ਕਹਿਣ ਲੱਗਾ ਕਿ ਦੋਸਤ ਮੈਂ ਤੈਨੂੰ ਆਪਣੀ ਅਮਾਨਤ ਦੀ ਰਖਵਾਲੀ ਕਰਨ ਦੇ ਲਈ ਦੇ ਕੇ ਗਿਆ ਸਾਂ ਮੈਨੂੰ ਉਮੀਦ ਹੈ ਤੂੰ ਹਿਫਾਜ਼ਤ ਦੇ ਨਾਲ ਸੰਭ ਕੇ ਰੱਖੀ ਹੋਵੇਗੀ ਕਿਉਂਕਿ ਮੈਂ ਤੈਨੂੰ ਦੱਸਿਆ ਸੀ ਕਿ ਉਹ ਮੇਰੇ ਬੜੇ ਪਿਆਰੇ ਨੇ ਬੜੇ ਪ੍ਰੇਮ ਦੇ ਨਾਲ ਮੈਂ ਰੱਖੇ ਨੇ ਮੇਰੀਆਂ ਬਹੁਤ ਸਾਰੀਆਂ ਯਾਦਾਂ ਉਹਨਾਂ ਦੇ ਨਾਲ ਜੁੜੀਆਂ ਨੇ ਹਸ਼ਨ ਕਹਿਣ ਲੱਗਿਆ ਕਿ ਬਿਲਕੁਲ ਤੇਰੀ ਅਮਾਨਤ ਹੋਵੇ ਤੇ ਮੈਂ ਸਾਭਾ ਨਾ ਇਹ ਕਿਵੇਂ ਹੋ ਸਕਦਾ ਹੈ ਹੁਣ ਤੱਕ ਹਸ਼ਨ ਦਾ ਮਨ ਵੀ ਅੰਦਰੋਂ ਬੇਈਮਾਨੀ ਦੇ ਨਾਲ ਪਰ ਚੁੱਕਿਆ ਸੀ ਅੰਦਰ ਗਿਆ ਮਰਦਮਾਨ ਲੈ ਆ ਕੇ ਉਸਦੇ ਹੱਥ ਪਕੜਾਇਆ ਉਹ ਮਰਦਮਾਨ ਲੈ ਕੇ ਆਪਣੇ ਘਰ ਗਿਆ ਘਰ ਜਾ ਕੇ ਜਦੋਂ ਦੇਖਦਾ ਹੈ ਤਾਂ ਉਸਦੇ ਪੈਰਾਂ ਥੱਲੋਂ ਜਿਵੇਂ ਜ਼ਮੀਨ ਖਿਸਕ ਜਾਂਦੀ ਹੈ ਉਸਦੀ ਉਮਰਾਂ ਦੀ ਕਮਾਈ ਇਸ ਮਰਦਮਾਨ ਦੇ ਵਿੱਚ ਸੀ ਜੋ ਕਿ ਹੁਣ ਲੁੱਟੀ ਜਾ ਚੁੱਕੀ ਸੀ ਤੁਰੰਤ ਉਹ ਮਰਦਮਾਨ ਤੇ ਉਹ ਵਿਚਲਾ ਉਹਦੇ ਸਮਾਨ ਸਾਰਾ ਇਕੱਠਾ ਕਰਕੇ ਵਾਪਸ ਵਰਤਦਾ ਹੈ ਆਕੇ ਹਸ਼ਮ ਨੂੰ ਕਹਿੰਦਾ ਕਿ ਤੂੰ ਇੱਕ ਹੀ ਕਰਤੂਤ ਕੀਤੀ ਮੈਂ ਤੈਨੂੰ ਆਪਣੀ ਉਮਰਾਂ ਦੀ ਕਮਾਈ ਦੇ ਕੇ ਗਿਆ ਸਾਂ ਤੇ ਤੂੰ ਉਹ ਹੀ ਲੁੱਟ ਲਈ ਤੂੰ ਬੇਈਮਾਨ ਹੋ ਗਿਆ ਤੂੰ ਦੋਸਤੀ ਦੇ ਉੱਤੇ ਦਾਗ ਲਾ ਗਿਆ ਦੋਵਾਂ ਦੀ ਤੂੰ ਤੂਮੈਨ ਹੋਣ ਲੱਗੀ ਹਸ਼ਮ ਕਹਿਣ ਲੱਗਿਆ ਕਿ ਤੂੰ ਮੈਨੂੰ ਅਖਰੂਟਾਂ ਦਾ ਭਰਿਆ ਮਰਦਮਾਨ ਦੇ ਕੇ ਗਿਆ ਸੀ ਉਹ ਮੈਂ ਤੈਨੂੰ ਬਿਲਕੁਲ ਉਸੇ ਤਰੀਕੇ ਨਾਲ ਸਪੁਰਦ ਕਰ ਦਤਾ ਹੁਣ ਤੂੰ ਜਾਣ ਬੁਝ ਕੇ ਮੇਰੇ ਤੇ ਇਲਜ਼ਾਮ ਲਗਾ ਰਿਹਾ ਹੈ ਇੱਕ ਤਾਂ ਤੇਰੀ ਮਰਦਮਾਨ ਨੂੰ ਮੈਂ 6.5 ਸਾਲ ਸੰਭਾਲ ਕੇ ਰੱਖਿਆ ਉਪਰੋਂ ਤੂੰ ਇਹ ਕਹਿ ਰਿਹਾ ਕਿ ਮੈਂ ਤੇਰੀ ਚੋਰੀ ਕਰ ਲਈ ਚੱਲ ਆ ਸੁਲਤਾਨ ਦੇ ਦਰਬਾਰ ਚੱਲਦੇ ਹਾਂ ਉੱਥੇ ਜਾ ਕੇ ਫੈਸਲਾ ਕਰਵਾਉਂਦੇ ਹਾਂ ਦੋਵੇਂ ਲੜਦੇ ਝਗੜਦੇ ਤੂੰ ਤੂੰ ਮੈਂ ਮੈਂ ਕਰਦੇ ਗਲੀਆਂ ਦੇ ਵਿੱਚੋਂ ਸੁਲਤਾਨ ਦੇ ਦਰਬਾਰ ਤੱਕ ਜਾ ਪਹੁੰਚੇ ਇਹਨਾਂ ਦੇ ਆਣ ਗਵੰਡ ਦੇ ਹੋਰ ਵੀ ਕੁਝ ਲੋਕ ਉੱਥੇ ਜਾ ਪਹੁੰਚੇ ਕਿ ਦੇਖਦੇ ਹਾਂ ਕੀ ਵਾਪਰਦੀ ਹੈ ਕੌਣ ਸੱਚਾ ਹੈ ਕੌਣ ਝੂਠਾ ਹੈ ਸੁਲਤਾਨ ਦੇ ਦਰਬਾਰ ਜਾ ਕੇ ਦੋਵਾਂ ਨੇ ਉਹ ਉਹ ਆਪਣੀਆਂ ਗੱਲਾਂ ਸੁਲਤਾਨ ਦੇ ਅੱਗੇ ਰੱਖ ਦਿੱਤੀਆਂ ਵਪਾਰੀ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਮੈਂ ਮਰਦਮਾਨੇ ਨੂੰ ਫੜਾ ਕੇ ਤੀਰਥ ਸਥਾਨਾਂ ਦੀ ਯਾਤਰਾ ਤੇ ਗਿਆ ਸੀ ਤੇ ਇਸ ਦੇ ਦੋਸਤ ਹਸ਼ਨ ਨੇ ਦੱਸਿਆ ਕਿ ਕਿਸ ਤਰ੍ਹਾਂ ਮੈਂ ਇਹਦੀ ਬੜੇ ਪਿਆਰ ਦੇ ਨਾਲ ਹਫਾਜ਼ਤ ਕੀਤੀ ਤੇ ਹੁਣ ਇਹ ਇਸ ਕੀਤੀ ਹੋਈ ਹਫਾਜ਼ਤ ਦਾ ਸਲਾ ਇਹ ਦੇ ਰਿਹਾ ਹੈ ਕਿ ਮੇਰੇ ਤੇ ਚੋਰੀ ਦਾ ਦੋਸ਼ ਮੜ ਰਿਹਾ ਹੈ ਹੁਣ ਤੱਕ ਸੁਲਤਾਨ ਦੇ ਗੱਲ ਸਾਰੀ ਪੱਲੇ ਪੈ ਚੁੱਕੀ ਸੀ ਪਰ ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਸੱਚਾ ਕੌਣ ਹੈ ਝੂਠਾ ਕੌਣ ਹੈ ਆਪਣੇ ਉਸਤੇ ਬਹੁਤ ਹੀ ਖਾਸ ਵਜ਼ੀਰ ਨੂੰ ਆਵਾਜ਼ ਮਾਰੀ ਉਸ ਨੂੰ ਪੁੱਛਿਆ ਕਿ ਕਿਵੇਂ ਕਰੀਏ ਵਜ਼ੀਰ ਨੇ ਕਿਹਾ ਕਿ ਇਹ ਤਾਂ ਬਹੁਤ ਸੌਖਾ ਤਰੀਕਾ ਹੈ ਜਿਹੜੇ 6 6.5 ਸਾਲ ਪੁਰਾਣੇ ਅਖਰੋਟ ਨੇ ਉਹਨਾਂ ਦਾ ਤੇ ਜਿਹੜੇ ਨਵੇਂ ਅਖਰੋਟ ਨੇ ਇਹਨਾਂ ਦਾ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੋਵੇਗਾ ਇੱਕ ਕੰਮ ਕਰੋ ਇੱਕ ਵੱਡਾ ਪ੍ਰਾਤਨੁਮਾ ਥਾਲ ਮੰਗਵਾ ਲਵੋ ਉਹਦੇ ਵਿੱਚ ਢੇਰ ਲਗਵਾ ਦਿੰਨੇ ਆ ਤੇ ਸ਼ਕਲਾਂ ਤੋਂ ਚਿਹਰਿਆਂ ਮੋਹਰਿਆਂ ਤੋਂ ਇਹਨਾਂ ਦੇ ਅਖਰੋਟ ਨੇ ਉਹਨਾਂ ਦੀ ਪਛਾਣ ਹੋ ਜਾਣੀ ਹੈ ਜੇ ਸਾਰੇ ਇੱਕੋ ਜਿਹੇ ਹੋਏ ਇਹਦਾ ਮਤਲਬ ਇਹ ਹੈ ਕਿ ਵਪਾਰੀ ਝੂਠ ਬੋਲ ਰਿਹਾ ਜੇ ਦੋ ਕਿਸਮ ਦੇ ਹੋਏ ਅਲੱਗ-ਅਲੱਗ ਕਿਸਮ ਦੇ ਹੋਏ ਇੱਕ ਪੁਰਾਣੇ ਹੋਏ ਤੇ ਇੱਕ ਨਵੇਂ ਹੋਏ ਤਾਂ ਇਹਦਾ ਮਤਲਬ ਇਹ ਹੈ ਕਿ ਹਸ਼ਨ ਨੇ ਜਗਾ ਕਮਾਇਆ ਹੈ ਉਹ ਝੂਠ ਬੋਲ ਰਿਹਾ ਵਜ਼ੀਰ ਦੀ ਸਲਾਹ ਸੁਲਤਾਨ ਨੂੰ ਪਸੰਦ ਆਈ ਉਸਨੇ ਇੱਕ ਸੰਤਰੀ ਨੂੰ ਵੱਡਾ ਪ੍ਰਾਰਥਨਮਾ ਥਾਲ ਲਿਆਉਣ ਦੇ ਲਈ ਕਿਹਾ ਸੰਤਰੀ ਥਾਲ ਲੈ ਕੇ ਆਇਆ ਮਰਦਮਾਨ ਨੂੰ ਉੱਥੇ ਮੁੱਦਾ ਕਰ ਦਿੱਤਾ ਗਿਆ ਜਦੋਂ ਮਰਦਮਾਨ ਮੁੱਦਾ ਕੀਤਾ ਉਹਦੇ ਵਿੱਚੋਂ ਸਾਰੇ ਅਖਰੂਟ ਨਿਕਲੇ ਬਦਾਮ ਨਿਕਲੇ ਤਾਂ ਵਾਕਈ ਪਤਾ ਲੱਗਿਆ ਕਿ ਇਹ ਅਖਰੂਟ ਤੇ ਬਦਾਮ ਇਹ ਅਲੱਗ-ਅਲੱਗ ਦੋ ਕਿਸਮਾਂ ਦੇ ਹਨ ਇੱਕ ਪੁਰਾਣੇ ਹਨ ਤੇ ਇੱਕ ਨਵੇਂ ਹਨ ਵਜ਼ੀਰ ਦੇ ਨਾਲ ਉਸਨੇ ਅੱਖ ਮਲਾਈ ਸੁਲਤਾਨ ਨੇ ਤੇ ਕਿਹਾ ਕਿ ਹੁਣ ਆਪਾਂ ਫੈਸਲਾ ਸੁਣਾ ਦਿਓ ਵਜ਼ੀਰ ਕਹਿਣ ਲੱਗਾ ਕਿ ਬਿਲਕੁਲ ਉਸ ਪਰੇ ਦਰਬਾਰ ਦੇ ਵਿੱਚ ਹੀ ਫੈਸਲਾ ਕੀਤਾ ਗਿਆ ਕਿ ਵਪਾਰੀ ਦਾ ਦੋਸਤ ਹਸ਼ਨ ਇਹ ਬਿਲਕੁਲ ਝੂਠਾ ਹੈ ਇਸ ਨੇ ਉਹਦਿਆਂ ਸੋਨੇ ਦੀਆਂ ਮੋਹਰਾ ਕੱਢੀਆਂ ਹਨ ਤੇ ਬਾਅਦ ਵਿੱਚ ਨਵੇਂ ਬਦਾਮ ਤੇ ਅਖਰੂਟ ਪਰ ਦਿੱਤੇ ਨੇ ਕਿਉਂਕਿ ਦੋਹਾਂ ਅਖਰੂਟਾਂ ਬਦਾਮਾਂ ਦੀਆਂ ਕਿਸਮਾਂ ਨਸਲਾਂ ਨਹੀਂ ਆਪਸ ਵਿੱਚ ਮਿਲ ਰਹੀਆਂ ਤੇ ਇਹਨਾਂ ਦਾ ਇਹ ਵੀ ਫਰਕ ਹੈ ਕਿ ਇੱਕ ਪੁਰਾਣੇ ਹਨ ਤੇ ਇੱਕ ਨਵੇਂ ਹਨ ਇਹਨੀ ਗੱਲ ਕਹਿ ਰਿਹਾ ਸੀ ਕਿ ਵਪਾਰੀ ਦਾ ਦੋਸਤ ਸੁਲਤਾਨ ਦੇ ਪੈਰੀ ਪੈ ਗਿਆ ਉੱਚੀ ਉੱਚੀ ਰੋਣ ਲੱਗਿਆ ਬਿਲਕਣ ਲੱਗਿਆ ਕਿ ਮੇਰੇ ਤੋਂ ਗਲਤੀ ਹੋ ਗਈ ਹੈ ਮੈਂ ਬਹੁਤ ਵੱਡੀ ਗਲਤੀ ਕਰ ਬੈਠਾ ਹਾਂ ਮੈਨੂੰ ਸਜ਼ਾ ਨਾ ਦਿਓ ਮੈਨੂੰ ਮਾਫ਼ ਕਰ ਦਿਓ ਸੁਲਤਾਨ ਨੇ ਹੁਕਮ ਸੁਣਾਇਆ ਕਿ ਜਿੰਨੀਆਂ ਸੋਨੇ ਦੀਆਂ ਮੋਹਰਾ ਵਪਾਰੀ ਦਿਆਂ ਇਸ ਮਰਦਮਾਨ ਦੇ ਵਿੱਚ ਸਨ ਉਸ ਤੋਂ 3 ਗੁਣਾ ਮੋਰਾ ਹਸ਼ਨ ਨੂੰ ਵਾਪਿਸ ਕਰਨੀਆਂ ਪੈਣਗੀਆਂ ਨਾਲ ਦੀ ਨਾਲ 6 ਮਹੀਨੇ ਨੂੰ ਕੈਦਖਾਨੇ ਦੇ ਵਿੱਚ ਵੀ ਰੱਖਿਆ ਜਾਏਗਾ ਇਸ ਕਹਾਣੀ ਦੇ ਰਾਹੀਂ ਕਹਾਣੀਕਾਰ ਸਾਨੂੰ ਦੱਸਣਾ ਚਾਹੁੰਦਾ ਹੈ ਕਿ ਜੇਕਰ ਕਦੇ ਵੀ ਕੋਈ ਆਪਣੀ ਓਮਾਨਤ ਤੁਹਾਨੂੰ ਦੇ ਕੇ ਗਿਆ ਹੈ ਉਹਦੀ ਰਖਵਾਲੀ ਜਿੰਦ ਜਾਨ ਨਾਲ ਕਰਨੀ ਹੈ ਇਹ ਸਾਡਾ ਫਰਜ਼ ਹੈ ਦੋਸਤੀ ਦੇ ਵਿੱਚ ਕਦੇ ਵੀ ਤੋਖਾ ਨਹੀਂ ਕਰਨਾ ਕਦੇ ਦਗਾ ਨਹੀਂ ਦੇਣਾ ਦੋਸਤਾਂ ਦੇ ਨਾਲ ਕੀਤਾ ਹੋਇਆ ਤੋਖਾ ਦਗਾ ਪਾਪ ਦੇ ਬਰਾਬਰ ਹੁੰਦਾ ਹੈ ਦੋਸਤਾਂ ਦੇ ਨਾਲ ਧੋਖਾ ਕਰਨ ਵਾਲੇ ਦੇ ਨਾਲੋਂ ਪਰਮਾਤਮਾ ਵੀ ਨਾਰਾਜ਼ ਹੋ ਜਾਂਦਾ ਹੈ ਮੁੱਖ ਮੋੜ ਲੈਂਦਾ ਹੈ ਤੇ ਸਭ ਤੋਂ ਮਹੱਤਵਪੂਰਨ ਗੱਲ ਜੇਕਰ ਤੁਸੀਂ ਕੁਝ ਫੈਸਲੇ ਕਰਨੇ ਨੇ ਉਹ ਤੁਸੀਂ ਆਪ ਵੀ ਕਰ ਸਕਦੇ ਹੋ ਕਈ ਵਾਰ ਤੁਹਾਡੇ ਕਰੀਬੀਆਂ ਦੀ ਰਾਏ ਤੁਹਾਡਾ ਨੁਕਸਾਨ ਕਰ ਜਾਂਦੀ ਹੈ ਇਸ ਕਰਕੇ ਕਈ ਵਾਰੀ ਕਰੀਬੀਆਂ ਦੀ ਰਾਏ ਠਕਰਾਉਣੀ ਪੈਂਦੀ ਹੈ ਜੇ ਹਸ਼ਮ ਨੇ ਆਪਣੀ ਘਰਵਾਲੀ ਦੀ ਸਲਾਹ ਠੁਕرائی ਹੁੰਦੀ ਤਾਂ ਅੱਜ ਉਹਨੂੰ ਤਿੰਨ ਗੁਣਾ ਪੈਸੇ ਵਾਪਸ ਕਰਨੇ ਤੇ 6 ਮਹੀਨਿਆਂ ਦੀ ਕੈਦ ਦੀ ਨੌਬਤ ਨਾ ਆਈ ਹੁੰਦੀ